ਅੱਜ ਅਸੀਂ ਗੱਲ ਕਰਾਂਗੇ ਉਸ ਪਲੇਟਫਾਰਮ ਦੀ ਜਿਸ ਨੇ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਫੇਮਸ ਹੋਣ 'ਚ ਹੈਲਪ ਕੀਤੀ ਹੈ। ਉਸ ਪਲੇਟਫਾਰਮ ਦਾ ਨਾਮ ਹੈ ਟਿਕਟੋਕ। ਟਿਕਟੋਕ ਦਾ ਲੋਕਾਂ ਦੇ ਵਿੱਚ ਬਹੁਤ ਹੀ ਕਰੇਜ਼ ਹੈ। ਜਿੱਥੇ ਇੱਕ ਪਾਸੇ ਟਿਕਟੋਕ ਦਾ ਲੋਕਾਂ ਨੇ ਗਲਤ ਯੂਜ਼ ਕੀਤਾ, ਦੂਜੇ ਪਾਸੇ ਕੁਝ ਲੋਕ ਟਿਕਟੋਕ ਦੇ ਜ਼ਰੀਏ ਆਪਣੀ ਅਦਾਕਾਰੀ ਦਿਖਾ ਕੇ ਕਾਫੀ ਫੇਮਸ ਵੀ ਹੋਏ। ਉਹਨਾਂ ਵਿੱਚੋਂ ਫੇਮਸ ਹੋਏ ਇੱਕ ਗਰੁੱਪ ਦੀ ਅੱਜ ਅਸੀਂ ਗੱਲ ਕਰਾਂਗੇ, ਜਿਨ੍ਹਾਂ ਨੇ ਕਿ ਟਿਕਟੋਕ ਤੇ ਵੀਡੀਓ ਪੋਸਟ ਕਰਕੇ ਪੂਰੇ ਪੰਜਾਬ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ ਤੇ ਇੰਨੇ ਜ਼ਿਆਦਾ ਫੇਮਸ ਹੋ ਚੁੱਕੇ ਨੇ ਕਿ ਉਹਨਾਂ ਨੂੰ ਪੰਜਾਬੀ ਸੌਂਗਸ ਤੇ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਆਫਰ ਆ ਰਹੇ ਨੇ। ਬਾਕੀ ਦੀ ਜਾਣਕਾਰੀ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਪੰਜਾਬੀ ਮੂਵੀਜ਼ ਅੱਡਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੀਚੇ ਦਿੱਤੇ ਰੈੱਡ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਵੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ। ਅੱਜ ਅਸੀਂ ਗੱਲ ਕਰਾਂਗੇ ਸੋਨੀ ਕ੍ਰਿਊ ਗਰੁੱਪ ਦੀ, ਜੋ ਕਿ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਫੇਮਸ ਹੋ ਚੁੱਕੇ ਨੇ। ਸੋਨੀ ਕ੍ਰਿਊ ਗਰੁੱਪ ਪਾਉਂਟਾ ਸਾਹਿਬ ਹਿਮਾਚਲ ਦੇ ਇੱਕ ਪਿੰਡ ਵਿੱਚ ਰਹਿੰਦੇ ਨੇ। ਇਹਨਾਂ ਦਾ ਇਹ ਗਰੁੱਪ ਟਿਕਟੋਕ ਦੇ ਜ਼ਰੀਏ ਵੀਡੀਓ ਬਣਾ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਐਂਟਰਟੇਨ ਕਰ ਰਿਹਾ ਹੈ ਤੇ ਪੰਜਾਬ ਦੇ ਪੁਰਾਣੇ ਕਲਚਰ ਨੂੰ ਅੱਗੇ ਲੈ ਕੇ ਆ ਰਿਹਾ ਹੈ, ਜੋ ਕਿ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੋਨੀ ਕ੍ਰਿਊ ਗਰੁੱਪ ਨੂੰ ਪੰਜਾਬੀ ਸੌਂਗ ਜੱਟ ਟਾਈਮ ਵਿੱਚ ਵੀ ਦੇਖਿਆ ਗਿਆ ਸੀ। ਇਹ ਸੌਂਗ ਗੁਰਸਾਂਝ ਵੱਲੋਂ ਗਾਇਆ ਗਿਆ ਸੀ। ਹੁਣ ਇਹ ਸੋਨੀ ਕ੍ਰਿਊ ਗਰੁੱਪ ਜਲਦੀ ਹੀ ਪੰਜਾਬੀ ਸਿੰਗਰ ਅਕੀਰਾ ਦੇ ਸੌਂਗ ਵਿੱਚ ਵੀ ਦਿਖਾਈ ਦੇਵੇਗਾ ਤੇ ਇਸ ਦੇ ਨਾਲ ਹੀ ਸੋਨੀ ਕ੍ਰਿਊ ਗਰੁੱਪ ਨੂੰ ਦਿਲਜੀਤ ਦੀ ਆ ਰਹੀ ਮੂਵੀ ਦੇ ਸੌਂਗ ਵਿੱਚ ਵੀ ਦੇਖਿਆ ਜਾ ਸਕਦਾ ਹੈ। ਸੋ ਦੋਸਤੋ, ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਰਾਹੀਂ ਜ਼ਰੂਰ ਸਾਂਝੇ ਕਰੋ। ਔਰ ਜੇ ਤੁਸੀਂ ਵੀ ਸੋਨੀ ਕ੍ਰਿਊ ਗਰੁੱਪ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਐਵੇਂ ਹੀ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰੋ।